ਦਖਲਸ ਟੀਵੀ ਦੇਖ ਰਹੇ ਹੋ, ਮੈਂ ਰਾਹੁਲ ਕਾਲਾ ਤੇ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਦੇਖਣ ਨੂੰ ਮਿਲੀ ਹੈ। ਇਹ ਬਗਾਵਤ ਜਿਹੜੀ ਹੈ ਇਸ ਕਦਰ ਹੋ ਗਈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਹੋਈ ਸੀ ਤੇ ਵੱਡੀ ਗਿਣਤੀ ਦੇ ਵਿੱਚ ਵੱਡੇ ਚਿਹਰੇ ਜਿਹੜੇ ਹੈਗੇ ਨੇ ਅਕਾਲੀ ਦਲ ਦੇ ਉਹ ਗੈਰ ਹਾਜ਼ਰ ਰਹਿੰਦੇ ਹੈ। ਤਾਂ ਦੋ ਜਗ੍ਹਾ ਦੇ ਉੱਪਰ ਕਾਨਫਰੰਸ ਹੋਈ ਹੈ। ਅੱਜ ਅਕਾਲੀ ਦਲ ਦੀ ਪਹਿਲੀ ਹੋਈ ਹੈ ਚੰਡੀਗੜ੍ਹ ਦੇ ਵਿੱਚ, ਜਿੱਥੇ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਕੀਤੀ ਹੈ। ਦੋ ਮੀਟਿੰਗਾਂ ਹੋਈਆਂ ਤੇ ਦੂਸਰੀ ਮੀਟਿੰਗ ਹੋਈ ਹੈ ਜਲੰਧਰ ਦੇ ਵਿੱਚ, ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਚਿਹਰੇ ਜਿਹੜੇ ਆ ਉਹ ਸਾਹਮਣੇ ਆਏ ਨੇ। ਤਾਂ ਹੁਣ ਮੁੱਦਾ ਕੀ ਹੈ, ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਸੀ, ਇਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਪਹੁੰਚਦੇ ਆ ਤੇ ਇਹਨਾਂ ਜ਼ਿਲ੍ਹਾ ਪ੍ਰਧਾਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਦਰੁਸਤ ਦੱਸਿਆ। ਉਹਨਾਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਹੁਣ ਤੱਕ ਡਿੱਗਿਆ ਹੈ, ਹੇਠਾਂ ਆਇਆ, ਤਾਂ ਇਸਦਾ ਕਸੂਰ ਪ੍ਰਧਾਨ ਦਾ ਨਹੀਂ ਹੈ, ਏਜੰਸੀਆਂ ਦਾ ਕਸੂਰ ਹੈ, ਸਰਕਾਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਅਕਾਲੀ ਦਲ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਕਾਮਯਾਬ ਵੀ ਹੋਏ ਨੇ। ਤਾਂ ਸੁਖਬੀਰ ਸਿੰਘ ਬਾਦਲ ਦਾ ਇਹਨਾਂ ਜ਼ਿਲ੍ਹਾ ਪ੍ਰਧਾਨਾਂ ਨੇ ਸਮਰਥਨ ਕੀਤਾ ਤੇ ਦੂਸਰੇ ਪਾਸੇ ਅਸੀਂ ਆ ਜਾਂਦੇ ਜਲੰਧਰ ਦੇ ਵਿੱਚ, ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਵੱਡੇ ਚਿਹਰੇ ਪਹੁੰਚਦੇ ਆ। ਇਹਨਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਆਉਂਦੇ ਨੇ, ਸੁਰਜੀਤ ਸਿੰਘ ਰੱਖੜਾ ਆਉਂਦੇ ਨੇ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਫਿਰ ਇਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਗੁਰਪ੍ਰਤਾਪ ਸਿੰਘ ਬੜਾਲਾ, ਚਰਨਜੀਤ ਸਿੰਘ ਬਰਾੜ, ਮਨਜੀਤ ਸਿੰਘ, ਸੁਰਿੰਦਰ ਭੁੱਲੇਵਾਲ ਰਠਾਣਾ, ਫਿਰ ਇਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ, ਜਾਂ ਫਿਰ ਤਲਵੰਡੀ ਦਾ ਪਰਿਵਾਰ ਵੀ ਪਹੁੰਚਦਾ ਅਤੇ ਟੋੜਾ ਦਾ ਪਰਿਵਾਰ ਵੀ ਪਹੁੰਚਦਾ, ਜਿਹੜੇ ਸੁੱਚਾ ਸਿੰਘ ਛੋਟੇਪੁਰ ਹੁੰਦੇ ਆ ਇਹ ਵੀ ਪਹੁੰਚਦੇ ਆ। ਤਾਂ ਜਿਹੜੀ ਜਲੰਧਰ ਦੇ ਵਿੱਚ ਮੀਟਿੰਗ ਹੁੰਦੀ ਹੈ, ਇਹ ਲੀਡਰ ਕਹਿੰਦੇ ਆ ਕਿ ਅਕਾਲੀ ਦਲ 2017 ਤੋਂ 2024 ਤੱਕ ਜਿਸ ਤਰੀਕੇ ਦੇ ਨਾਲ ਹੇਠਾਂ ਡਿੱਗਿਆ, ਇਹ ਸਾਰੀ ਪ੍ਰਧਾਨ ਦੀ ਕਾਰਗੁਜ਼ਾਰੀ ਕਰਕੇ ਡਿੱਗਿਆ, ਅਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦਾ ਅਹੁਦਾ ਛੱਡਣ, ਕਿਉਂਕਿ ਅਕਾਲੀ ਦਲ ਦੀ ਜੇਕਰ ਸਥਿਤੀ ਅੱਜ ਇਹ ਹੋਈ ਹੈ, ਹਾਸ਼ੀਏ 'ਤੇ ਡਿੱਗਿਆ, ਅਕਾਲੀ ਦਲ ਅਰਸ਼ ਤੋਂ ਫਰਸ਼ 'ਤੇ ਡਿੱਗਿਆ, ਅਤੇ ਇਸਦਾ ਕਾਰਨ ਸੁਖਬੀਰ ਸਿੰਘ ਬਾਦਲ ਬਣੇ ਹੈ। ਤਾਂ ਇਸ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਅੰਦਰ ਖਾਤੇ ਅਕਾਲੀ ਦਲ ਦੇ ਵਿੱਚ ਬਗਾਵਤ ਹੁੰਦੀ ਦਿਖਾਈ ਦੇ ਰਹੀ ਸੀ, ਪਰ ਸਮੇਂ ਸਮੇਂ ਦੇ ਉੱਪਰ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਜਿਹੜਾ ਹੈ ਸਮੇਟਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਾਮਯਾਬ ਵੀ ਰਹੇ ਨੇ। ਫਿਰ ਇਸ ਤੋਂ ਬਾਅਦ 2022 ਦੇ ਵਿੱਚ ਇੱਕ ਇਹਨਾਂ ਨੇ ਰੂਲ ਬਣਾ ਦਿੱਤਾ ਅਕਾਲੀ ਦਲ ਦੀ ਪਾਰਟੀ ਦੇ ਵਿੱਚ ਕਿ ਕੋਈ ਵੀ ਪ੍ਰਧਾਨ ਜਿਹੜਾ ਹੈ ਉਹ ਤਕਰੀਬਨ 10 ਸਾਲ ਤੱਕ ਰਹੇਗਾ ਕੁਰਸੀ ਦੇ ਉੱਪਰ, 10 ਸਾਲ ਤੋਂ ਬਾਅਦ ਟਰਨ ਜਿਹੜੀ ਆ ਉਹ ਚੇਂਜ ਹੋਏਗੀ ਅਤੇ ਕੋਈ ਹੋਰ ਪ੍ਰਧਾਨ ਬਣੇਗਾ। ਲਗਾਤਾਰ 10 ਸਾਲ ਤੱਕ ਕੋਈ ਇੱਕ ਪ੍ਰਧਾਨ ਜਾਂ ਇੱਕ ਚਿਹਰਾ ਅਕਾਲੀ ਦਲ ਦੀ ਪ੍ਰਧਾਨਗੀ 'ਤੇ ਨਹੀਂ ਰਹਿ ਸਕਦਾ। ਤਾਂ ਹੁਣ ਉਸ ਤੋਂ ਬਾਅਦ ਫਿਰ 5 ਸਾਲ ਕਿਸੇ ਹੋਰ ਨੂੰ ਕਰਨੀ ਪਏਗੀ, ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਦੁਬਾਰਾ ਕੋਈ ਪ੍ਰਧਾਨ ਜਿਹੜਾ ਪਹਿਲਾਂ ਹੁੰਦਾ ਸੀ ਉਹ ਚੁਣਿਆ ਜਾ ਸਕਦਾ। ਯਾਨੀ ਇਸ ਤੋਂ ਸਾਫ਼ ਹੋ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੇ 2032 ਤੱਕ ਆਪਣੀ ਜਿਹੜੀ ਹੈ ਕੁਰਸੀ ਮਜ਼ਬੂਤ ਕਰ ਲਈ ਸੀ, ਪਰ ਇਸ ਦੇ ਉਲਟ ਅਕਾਲੀ ਦਲ ਨੇ ਹੁਣ ਜਲੰਧਰ ਦੇ ਵਿੱਚ ਜੋ ਅਕਾਲੀ ਦਲ ਦੇ ਹੀ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਜਾਂ ਫਿਰ ਪਰਮਿੰਦਰ ਸਿੰਘ ਢੀਂਡਸਾ ਹੋਣ ਜਾਂ ਗੁਰਪ੍ਰਤਾਪ ਸਿੰਘ ਬਟਾਲਾ ਹੋਣ ਜਾਂ ਫਿਰ ਹੋਰ ਬੀਬੀ ਜਗੀਰ ਕੌਰ ਹੋ, ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਹੋਣ, ਤਮਾਮ ਵੱਡੇ ਚਿਹਰੇ, ਫਿਰ ਉਸ ਤੋਂ ਬਾਅਦ ਟੋੜਾ ਪਰਿਵਾਰ ਹੋਵੇ ਜਾਂ ਫਿਰ ਤਲਵੰਡੀ ਦਾ ਪਰਿਵਾਰ ਪਹੁੰਚਿਆ ਹੋਵੇ, ਉਹਨਾਂ ਨੇ ਇਹੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਛੱਡਣੀ ਚਾਹੀਦੀ ਹੈ। ਇੱਕ ਵਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡੇ, ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਰਨਾ ਕੀ। ਉਹਨਾਂ ਨੇ ਕਿਹਾ ਕਿ ਅਕਾਲੀ ਦਲ 2017 ਤੋਂ 2024 ਤੱਕ ਇਸ ਕਦਰ ਡਿੱਗਿਆ ਹੇਠਾਂ ਕਿ ਸਾਡੇ ਯਾਨੀ ਕਿ ਆਮ ਜਿਹੜੇ ਹੋਰ ਲੀਡਰ ਹੈਗੇ ਆ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਖੜ੍ਹੇ ਹੋ ਜਾਂਦੇ, ਜਦਕਿ ਉਹਨਾਂ ਦੀ ਕੋਈ ਕਾਰਗੁਜ਼ਾਰੀ ਨਹੀਂ ਰਹੀ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਬਲੀਦਾਨ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਯਾਨੀ ਇਸ ਤੋਂ ਸਾਫ਼ ਹੋ ਗਿਆ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਇੱਕ ਵੱਡਾ
ਤਬਕਾ ਜਿਹੜਾ ਹੈ ਅਕਾਲੀ ਦਲ ਦਾ ਇੱਕ ਵੱਡਾ, ਪਹਿਲਾਂ ਤਾਂ ਦੋ ਚਾਰ ਬੰਦੇ ਹੁੰਦੇ ਸੀ, ਹੁਣ ਇੱਕ ਵੱਡੇ ਲੀਡਰ ਜਿਹੜੇ ਹੈਗੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਹੋ ਗਏ। ਅਤੇ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਜਿਹੜੇ ਅਕਾਲੀ ਦਲ ਨੇ ਜੋ ਬਾਦਲ ਦੇ ਖਿਲਾਫ਼ ਗਰੁੱਪ ਸੀ ਜਿਸਨੇ ਜਲੰਧਰ ਦੇ ਵਿੱਚ ਮੀਟਿੰਗ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ 1 ਜੁਲਾਈ ਨੂੰ ਜਿਹੜਾ ਹੈ ਅਕਾਲੀ ਦਲ ਬਚਾਓ ਯਾਤਰਾ ਕਰਾਂਗੇ। ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਬਚਾਓ ਯਾਤਰਾ ਕੀਤੀ ਸੀ, ਤਾਂ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਬਚਾਓ ਯਾਤਰਾ ਕਰਾਂਗੇ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਹੁਣ ਤੱਕ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਾਂਗੇ, ਲਿਖਤੀ ਰੂਪ ਦੇ ਵਿੱਚ ਮਾਫ਼ੀ ਮੰਗਾਂਗੇ। ਇਹ ਵੱਡਾ ਜਿਹੜਾ ਹੈ ਬਿਆਨ ਦਿੱਤਾ ਗਿਆ, ਅਤੇ ਨਾਲ ਦੀ ਨਾਲ ਅਕਾਲੀ ਦਲ ਬਚਾਉਣ ਦਾ ਹੋਕਾ ਵੀ ਦੇ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਦੀ ਹੁਣ ਸੰਕਟ ਦੀ ਘੜੀ ਹੈ, ਕਿਉਂਕਿ ਅਕਾਲੀ ਦਲ 2024 ਦੀਆਂ ਚੋਣਾਂ ਦੇ ਵਿੱਚ ਵੀ ਮਹਿਜ਼ 13 'ਚੋਂ 1 ਸੀਟ ਹੀ ਜਿੱਤ ਸਕੀ ਹੈ। 2017 ਦੇ ਵਿੱਚ ਵੀ ਬੁਰੀ ਤਰ੍ਹਾਂ ਦੇ ਨਾਲ ਹਾਰੀ ਵਿਧਾਨ ਸਭਾ, 2022 ਦੇ ਵਿੱਚ ਵੀ ਵਿਧਾਨ ਸਭਾ ਬੁਰੀ ਤਰ੍ਹਾਂ ਦੇ ਨਾਲ ਹਾਰੀ ਹੈ, 2019 ਦੀਆਂ ਲੋਕ ਸਭਾ ਚੋਣਾਂ ਵੀ ਬੁਰੀ ਤਰ੍ਹਾਂ ਦੇ ਨਾਲ ਅਕਾਲੀ ਦਲ ਹਾਰੀ ਹੈ। ਅੱਗੇ 27 ਦਾ ਮੈਦਾਨ ਤਿਆਰ ਕਰਨਾ, ਇਸਦੇ ਲਈ ਅਕਾਲੀ ਦਲ ਕੀ ਕਰੇਗਾ, ਕਿੱਥੇ ਰਹੇਗਾ, ਕਿਵੇਂ ਪਾਰਟੀ ਨੂੰ ਮਜ਼ਬੂਤ ਕਰਨਾ, ਇਸਦੇ ਲਈ ਫਿਕਰ ਜਿਤਾਈ ਹੈ। ਅਕਾਲੀ ਦਲ ਦੇ ਜਿਹੜੇ ਲੀਡਰ ਜਲੰਧਰ ਪਹੁੰਚੇ ਹੈ, ਇਹਨਾਂ ਨੇ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਮੀਟਿੰਗ ਕੀਤੀ ਹੈ, ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕਰ ਲਈ ਹੈ।